ਹੈਲੋ ਡੀਅਰ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਬੱਚੇ ਜਿੱਦਾਂ ਕੀ ਤੁਹਾਨੂੰ ਪਤਾ ਸਵੇਰ ਦੀ ਇਹ ਜੋ ਲੈਟਰ ਹੈ ਇਹ ਵਾਇਰਲ ਹੋ ਰਹੀ ਹੈ ਸੋ ਬਹੁਤ ਸਾਰੇ ਬੱਚੇ ਪੁੱਛ ਰਹੇ ਆ ਕਿ ਮੈਮ ਇਹ ਰੀਅਲ ਹੈ ਕਿ ਫੇਕ ਹੈ ਸੋ ਬੱਚੇ ਜਿੱਦਾਂ ਤੁਸੀਂ ਦੇਖ ਸਕਦੇ ਆ ਕਿ ਜਿਸ ਤਰੀਕੇ ਨਾਲ ਪੰਜਾਬ ਬੋਰਡ ਵੱਲੋਂ ਕੋਈ ਅਫੀਸ਼ੀਅਲ ਨੋਟਿਸ ਆਉਂਦਾ ਹੈ ਸੇਮ ਉਸੇ ਤਰੀਕੇ ਦਾ ਜਿਹੜਾ ਆ ਇਹ ਨੋਟਿਸ ਆਇਆ ਆ ਸੋ ਇਹਦੇ ਵਿੱਚ ਉਹਨਾਂ ਨੇ ਕਲੀਅਰ ਕਟ ਲਿਖਿਆ ਹੋਇਆ ਕਿ ਜਿਹੜੇ ਅਧਿਆਪਕ ਦੁਆਰਾ ਕੋਈ ਵੀ ਪ੍ਰੀ ਬੋਰਡ ਜਿਹੜਾ ਨਹੀਂ ਲਿੱਤਾ ਜਾਵੇਗਾ ਔਰ ਨਾ ਹੀ ਆਪਣੇ ਵੱਲੋਂ ਕੋਈ ਲੈ ਸਕਦਾ ਆ ਪਹਿਲੀ ਗੱਲ ਰਜੇ ਜਿਹੜੀ ਆ ਸੈਕੰਡ ਲਾਈਨ ਆ ਇਸ ਤਰੀਕੇ ਨਾਲ ਕਦੇ ਵੀ ਕੋਈ ਵੀ ਨੋਟੀਫਿਕੇਸ਼ਨ ਨਹੀਂ ਕੱਢ ਲਿਆ ਜਾਂਦਾ ਅਗਰ ਕੋਈ ਵੀ ਸਕੂਲ ਆਪਣੇ ਵੱਲੋਂ ਕੋਈ ਟੈਸਟ ਲੈਣਾ ਚਾਹੁੰਦਾ ਆ ਆਪਣੇ ਵੱਲੋਂ ਕੋਈ ਪ੍ਰੈਪਰੇਸ਼ਨ ਕਰਵਾਉਣਾ ਚਾਹੁੰਦਾ ਆ ਉਹਦੇ ਲਈ ਜਿਹੜੀ ਪੰਜਾਬ ਬੋਰਡ ਆ ਜਾਂ ਸਾਡੀ ਬੋਰਡ ਆ ਉਹ ਕਿਸੇ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨਸ ਨਹੀਂ ਲਗਾਉਂਦੀ ਉਹ ਪੜਾਈ ਦਾ ਸਿਲੇਬਸ ਦਾ ਸਟਰਕਚਰ ਜਿਹੜਾ ਆ ਸਾਨੂੰ ਦੇ ਸਕਦੇ ਆ ਬਟ ਐਦਾ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਬੱਚਿਆਂ ਦੀ ਤਿਆਰੀ ਨਹੀਂ ਕਰवानी ਸੋ ਪ੍ਰੀ ਬੋਰਡ ਇਹਨਾਂ ਨੇ ਕਿਹਾ ਕਿ ਨਹੀਂ ਲੈਣਾ ਪ੍ਰੀ ਬੋਰਡ ਬੱਚੇ ਇੱਕ ਤਰ੍ਹਾਂ ਦਾ ਟੈਸਟ ਆ ਜੋ ਬੱਚਿਆਂ ਦੀ ਫਾਈਨਲ ਇਗਜ਼ਾਮ ਦੇ ਲਈ ਤਿਆਰੀ ਆ ਸੋ ਇਸ ਤਰੀਕੇ ਨਾਲ ਜਿਹੜਾ ਆ ਪੰਜਾਬ ਬੋਰਡ ਵੱਲੋਂ ਕੋਈ ਵੀ ਅਫੀਸ਼ੀਅਲ ਲੈਟਰ ਨਹੀਂ ਆ ਸਕਦਾ ਸੋ ਬਹੁਤ ਸਾਰੇ ਬੱਚੇ ਟੀਚਰਸ ਦੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਜੋ ਲੈਟਰ ਹੈ ਇਹ ਫੇਕ ਹੈ ਸੋ ਤੁਹਾਡੇ ਜਿਹੜੇ ਪ੍ਰੀ ਬੋਰਡ ਹੈ ਕੱਲ ਤੋਂ ਹੋਣਗੇ ਸੋ ਆਪਣੇ ਪ੍ਰੀ ਬੋਰਡ ਦੀ ਤਿਆਰੀ ਬੱਚੇ ਧਿਆਨ ਨਾਲ ਕਰ ਲਓ ਜੋ ਇਹ ਲੈਟਰ ਜਿਹੜਾ ਵਾਇਰਲ ਹੋ ਰਿਹਾ ਸਵੇ ਦਾ ਸੋ ਬੱਚੇ ਧਿਆਨ ਦੇ ਲੋ ਕਿ ਇਹ ਫੇਕ ਹੈ ਕਾਫੀ ਟੀਚਰਸ ਨਾਲ ਗੱਲ ਕਰਨ ਤੋਂ ਬਾਅਦ ਬੱਚੇ ਆਫੀਸ਼ੀਅਲੀ ਪਤਾ ਲੱਗਿਆ ਕਿ ਇਹ ਜਿਹੜੀ ਲੈਟਰ ਹੈ ਫੇਕ ਹੈ ਰੀਸੈਂਟਲੀ ਰੱਥੇ ਇਹ ਨੋਟੀਫਿਕੇਸ਼ਨ ਆਇਆ ਸਾਰੀ ਜਮਾਤਾਂ ਦੀ 14 ਫਰਵਰੀ 2022 ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀ ਬੋਰਡ ਪ੍ਰੀਖਿਆ ਤੁਹਾਡੇ ਅਧਿਆਪਕ ਦੁਆਰਾ ਤਿਆਰ ਕੀਤੀ ਡੇਟਸ਼ੀਟ ਅਨੁਸਾਰ ਹੀ ਲਿਆ ਜਾਵੇਗਾ ਸਾਡੇ ਵੱਲੋਂ ਕੋਈ ਵੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਹੈ ਪ੍ਰੀਖਿਆ ਪਹਿਲਾਂ ਵਾਂਗ ਹੀ ਕੋਵਿਡ-19 ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਤੁਹਾਡੇ ਆਪਣੇ ਸਕੂਲ ਵਿੱਚ ਹੀ ਲਏ ਜਾਣਗੇ ਸੋ ਬੱਚੇ ਕੋਵਿਡ-19 ਦੇ ਅਕੋਰਡਿੰਗਲੀ ਜਿਹੜਾ ਤੁਹਾਡਾ ਪ੍ਰੋਪਰ ਸੋਸ਼ਲ ਡਿਸਟੈਂਸ ਹੋਣਾ ਚਾਹੀਦਾ ਸੈਨੀਟਾਈਜੇਸ਼ਨ ਹੋਣੀ ਚਾਹੀਦੀ ਹੈ ਤੁਹਾਡਾ ਸਕੂਲ ਵਿੱਚ ਪ੍ਰੋਪਰ ਸਫਾਈ ਹੋਣੀ ਚਾਹੀਦੀ ਹੈ ਸੋ ਉਹ ਦੇ ਅਕੋਰਡਿੰਗਲੀ ਜਿਹੜਾ ਹੈ ਤੁਹਾਡੇ ਸਕੂਲ ਦੇ ਅੰਦਰ ਪੇਪਰ ਲਿੱਤੇ ਜਾਣਗੇ ਕਲੀਅਰ ਹੋ ਗਿਆ ਸੋ ਬੱਚੇ ਹੁਣ ਬਹੁਤ ਸਾਰੇ ਸਕੂਲ ਆਨਲਾਈਨ ਟੈਸਟ ਲੈ ਰਿਹਾ ਬਹੁਤ ਸਾਰੇ ਸਕੂਲ ਜਿਹੜੇ ਆ ਆਫਲਾਈਨ ਲੈ ਰਿਹਾ ਸੋ ਇਹ ਡਿਪੈਂਡ ਕਰਦਾ ਤੁਹਾਡੇ ਸਕੂਲ ਦੇ ਉੱਪਰ ਕਿ ਆਨਲਾਈਨ ਲੈ ਰਿਹਾ ਕਿ ਆਫਲਾਈਨ ਲੈ ਰਿਹਾ ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨਸ ਨਹੀਂ ਆ ਜਾਂ ਕੋਈ ਰੂਲਸ ਨਹੀਂ ਆ ਕਿ ਆਫਲਾਈਨ ਹੀ ਹੋਣਗੇ ਜਾਂ ਫਿਰ ਆਨਲਾਈਨ ਹੀ ਹੋਣਗੇ ਡਿਪੈਂਡ ਕਰਦਾ ਤੁਹਾਡੇ ਸਕੂਲ ਦੇ ਉੱਪਰ ਸੋ ਕਿਸੇ ਵੀ ਯੂਟਿਊਬਰ ਨੂੰ ਜਾਂ ਫਿਰ ਕਿਸੇ ਵੀ YouTube ਦੇ ਟੀਚਰ ਨੂੰ ਨਹੀਂ ਪਤਾ ਤੁਹਾਡੇ ਸਕੂਲ ਵਾਲੇ ਕਿਸ ਤਰੀਕੇ ਨਾਲ ਪੇਪਰ ਲੈਣਗੇ ਸੋ ਬਿਹਤਰ ਹੈ ਕਿ ਆਪਣੇ ਸਕੂਲ ਦੇ ਟੀਚਰ ਨਾਲ ਬੱਚੇ ਕੰਸਰਨ ਕਰੋ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਪੇਪਰ ਤੁਹਾਡੇ ਪੇਪਰ ਆਨਲਾਈਨ ਹੋਣਗੇ ਜਾਂ ਫਿਰ ਆਫਲਾਈਨ ਹੋਣਗੇ ਕਲੀਅਰ ਹੋ ਗਿਆ ਜੀ ਸੋ 올 ਦਾ ਬੈਸਟ ਫਾਰ ਪ੍ਰੀਬੋਰਡ ਐਗਜ਼ਾਮ ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਮੈਕਸਿਮਮ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਬੱਚੇ ਪੜ ਲੈਣ ਪੇਪਰ ਹੋਣਗੇ ਹੀ ਹੋਣਗੇ ਥੈਂਕ ਯੂ ਸੋ ਮੱਚ